ਖਿਡੌਣ ਯਾਰ ਕੋ ਨਾ ਪਾਇ ਨਾ ਖੰਬੇ ਨੂੰ ਹੱਥ ਨਾ ਲਈ ਇਹ ਚ ਕਰੰਟ ਹੈ ਕਿੰਨੂ ਕਹਿ ਰਿਹਾ ਜਿਵੇਂ ਅਸੀਂ ਕਦੀ ਕਰੰਟ ਵੇਖੇ ਨਹੀਂ ਹੈ ਐਸ ਖੰਬੇ ਚ ਕਰੰਟ ਹੈ ਦੱਸੋ ਵੀ ਅਗਰ ਮੈਂ ਤੁਹਾਡੇ ਨਾਲ ਸ਼ਾਦੀ ਕਰ ਲਾਂ ਤੇ ਆਪਣਾ ਕੀ ਖਰਚਾ ਪਾਣੀ ਕੀ ਤੂੰ ਇੰਜ ਕਰ 2 ਕਰੋੜ ਰੁਪਿਆ ਦੇ ਦੇ 2 ਕਰੋੜ ਮੂੰਹ ਵਿਖਾਈ ਹਾਂਜੀ ਮੂੰਹ ਵਿਖਾਈ 2 ਕਰੋੜ ਤੂੰ ਮੈਨੂੰ 50 ਰੁਪਈਏ ਦੇ ਨਾਲ ਮੇਰਾ ਗੋਡੇ ਵੀ ਵੇਖ ਦਾਦੇ ਨੇ ਸਿਖਾਇਆ ਕੰਮ ਆਪ ਕਰਨਾ ਮੈਨੂੰ ਗੈਰਾ ਦੇ ਆ ਮੋਢੇ ਮੂੰਹ ਚ ਬਾੜ ਦੇ ਮੇਰੇ ਭੈਣ ਚੋ ਦੱਸ ਆ ਬੋਲ ਆਈ ਲਵ ਯੂ ਆਈ ਲਵ ਯੂ ਮਾਰਾ ਬੋਲਾ ਗਾਰਾ ਬੋਲਾ ਆਈ ਲਵ ਯੂ ਗਾਰਾ ਬੋਲਾ ਆਈ ਆਈ ਲਵ ਲਵ ਯੂ ਮੈਂ ਖੁਸਰੇ ਭਰਤੀ ਕਰੀ ਜਾਂਦੇ ਹਨ ਮੈਂ ਕਹਾਂ ਬੰਦ ਕਰੋ ਇਹਨਾਂ ਦੀ ਭਰਤੀ ਖੁਸਰਾ ਜੰਗ ਲੜ ਹੀ ਨਹੀਂ ਸਕਦਾ ਭਾਈ ਜੀ ਐਵੇਂ ਇੱਕ ਫੈਰ ਕਰਕੇ ਦੇ ਗੁਤਾੜੀਆਂ ਮਾਰਨ ਲੱਗ ਪਏ ਹਾਏ ਹੁਣ ਚੰਗਾ ਰਿਹਾ ਖੂਨ ਨਿਕਲ ਆਇਆ ਜਾ ਜਾ ਕੇ ਪੱਟੀ ਕਰਾ ਗਿਆ ਫਿਰ ਮੈਂ ਦੂਜੀ ਗੋਲੀ ਮਾਰਾਂ ਯਾਰ ਹਮ ਸ਼ਾਦੀ ਸੇ ਪਹਿਲੇ ਕਜ਼ਨ ਥੇ ਨਾ ਹਾਂ ਤੋ ਫਿਰ ਹਮਾਰਾ ਬਲੱਡ ਕਾ ਰਿਸ਼ਤਾ ਬਣਾ ਓਏ ਸ਼ਾਦੀ ਸੇ ਪਹਿਲੇ ਬਲੱਡ ਕਾ ਰਿਸ਼ਤਾ ਬਣਤਾ ਥਾ ਸ਼ਾਦੀ ਕੇ ਬਾਅਦ ਤੋ ਬਲੱਡ ਪ੍ਰੈਸ਼ਰ ਕਾ ਰਿਸ਼ਤਾ ਬਣਾ ਦਿਆ ਹੋਇਆ ਓ ਮੇਰਾ ਬਲੱਡ ਪ੍ਰੈਸ਼ਰ ਨਾ ਵਧਾਇਆ ਕਰ ਮੈਨੂੰ ਲੱਗ ਰਿਹਾ ਵੱਧ ਗਈ ਗੋਲੀ ਫੜਾਈ ਜਾ ਮੈਂ ਹਸਪੀਟਲ ਗਿਆ ਅੱਛਾ ਦਰਵਾਜ਼ੇ ਤੇ ਲਿਖਿਆ 100 ਰੁਪਿਆ ਫੀਸ ਇੱਕ ਤੇ ਲਿਖਿਆ 50 ਰੁਪਏ ਫੀਸ ਇੱਕ ਤੇ ਲਿਖਿਆ ਫ੍ਰੀ ਇਲਾਜ ਮੈਂ ਕਿਹਾ ਚਲੋ ਫ੍ਰੀ ਕਰਾ ਲੈਣਾ ਜੇ ਸਹੂਲਤ ਜੋ ਹੈ ਸਹੀ ਉਹ ਮੈਂ ਫ੍ਰੀ ਵਾਲਾ ਦਰਵਾਜ਼ਾ ਖੋਲਿਆ ਅੱਗੋਂ ਪੈਲੀਆਂ ਸ਼ੁਰੂ ਹੋ ਗਈਆਂ ਉਹ ਮੈਂ ਉੱਤੋਂ ਦੀ ਘੁੰਮ ਗਿਆ ਆਪ ਹੈ ਹੀ ਨਹੀਂ ਕਸਮ ਸੇ ਮੈਂ ਅੱਲਾ ਪਾਕ ਦੀ ਕਸਮ ਹੈ ਮੈਂ ਨਹੀਂ ਇਹ ਆਪ ਹੀ ਹੈ ਹੀ ਨਹੀਂ ਤਸਵੀਰ ਇਹ ਤਾਂ ਕਿਸੇ ਹੋਰ ਕੀ ਹੈ ਅੱਲਾ ਪਾਕ ਦੀ ਕਸਮ ਹੈ ਮੈਂ ਇਹ ਆਪ ਕੀ ਨਹੀਂ ਹੈ ਇਧਰ ਆ ਮੈਂ ਬਾਹਰ ਕਰਾਂ ਲੋਕੀ ਵੇਖਦੇ ਪਹਿਲੇ ਚੁੱਕ